ਦਾ ਜਵਾਬ ਦੇ ਮੈਂ ਨਹੀਂ ਹੈ ਨਾ ਫਲਾਣੇ ਬਾਰੇ ਕਿਆ ਅਸੈਸਮੈਂਟ ਹੈ ਅਗਰ ਮੇਰਾ ਉੱਠਣ ਬਾਹਣ ਮੈਂ ਤਾਂ ਯਾਦ ਹਾਂ ਕਿ ਤੁਹਾਨੂੰ ਪੂਰੇ ਬੈਕਗ੍ਰਾਉਂਡ ਦਾ ਪਤਾ ਹੀ ਕੇਸ ਦਾ ਮੁਬਸ਼ਰ ਮੈਂ ਤੂੰ ਆਖੇ ਤੂੰ ਮੇਰੀ ਗੱਲ ਤਾਂ ਸੁਣਦੇ ਨਹੀਂ ਮੈਂ ਆਖਿਆ ਕਿ ਜਿਹੜਾ ਇਹ ਐਨ ਆਰ ਓ ਦੇ ਮਸਲੇ 'ਚ 16 ਦਸੰਬਰ ਜਿਹੜੀ ਹੈ ਇਹ ਇੱਕ ਵਜੂਹ ਹੈ ਇੱਕ ਜੁਜ਼ਵ ਹੈ ਇੱਕ ਪੂਰੇ ਕੇਸ ਦਾ ਉਹ ਆਖਦੇ ਹਨ ਕਿ ਇਹ ਹੋਣਾ ਚਾਹੀਦਾ ਮਗਰ ਨਾਲ ਹੀ ਉਹ ਆਖਦੇ ਹਨ ਕਿ ਇਹ ਅਗਰ ਵਿਕਟਮਾਈਜੇਸ਼ਨ ਦੇ ਤੌਰ 'ਤੇ ਲੋਕਾਂ ਨੂੰ ਨਜ਼ਰ ਆਉਂਦਾ ਹੈ ਕਿ ਜੀ ਇਹ ਇੱਕ ਆਦਮੀ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਤਰ੍ਹਾਂ ਨਹੀਂ ਜਿਹੜੇ ਤਮਾਮ ਕੇਸਿਸ ਹਨ ਬਾਕੀਆਂ ਦੇ ਖਿਲਾਫ਼ ਉਹ ਵੀ ਚੱਲਣੇ ਚਾਹੀਦੇ ਮੈਂ ਤਾਂ ਆਖੇ ਖੜ ਕੇ ਆਖਿਆ ਕਿ ਜਨਾਬ ਆਪਕੇ ਪਾਸ ਇਹ ਕੇਸ ਹੈ ਆਪਣਾ ਅਸਗਰ ਖਾਨ ਸਾਹਿਬ ਕਾ ਪਟੀਸ਼ਨ ਚੱਲ ਰਹੀ ਹੈ ਆਪਣੇ ਅਭੀ ਤੱਕ ਉਸਕਾ ਫੈਸਲਾ ਕਿਉਂ ਨਹੀਂ ਕੀਆ ਜਨਾਬ ਆਪ ਬਾਕੀ ਕੇਸਿਸ ਕਿਉਂ ਕਰ ਰਹੇ ਹੈਂ ਕਿਆ ਜਵਾਬ ਦਿੱਤਾ ਚੀਫ ਜਸਟਿਸ ਸਾਹਿਬ ਉਹਨਾਂ ਕੇ ਇਹ ਬਹੁਤ ਪੁਰਾਣਾ ਕੇਸ ਹੈ ਇਸਕੇ ਬਾਰੇ ਮੇਂ ਅਭੀ ਆਪਸੇ ਕੋਈ ਬਾਤ ਨਹੀਂ ਸਵਿਟਜ਼ਰਲੈਂਡ ਵਾਲੇ ਤੋਂ ਜ਼ਿਆਦਾ ਪੁਰਾਣਾ ਕੇਸ ਹੈ ਕਿਉਂਕਿ ਜਿਹੜਾ ਕੋਈ ਉਹਨੇ ਉਹ ਇੱਕ ਜਵਾਬ ਦਿੱਤਾ ਉਸ ਲਿਆਦਾ ਉਹੀ ਹਿਸ ਕੇਸ ਵਾਸ ਡਿਸ ਮਤਲਬ ਉਹਨਾਂ ਨਾਲ ਗੱਲਬਾਤ ਕੋਈ ਖਾਸ ਅੱਗੂ ਈ ਸ਼ਾਇਦ ਅੱਗੂ ਨਹੀਂ ਕਿਉਂਕਿ ਉਹ ਸਪਲੀਮੈਂਟਰੀ ਸਵਾਲ ਨਹੀਂ ਕਰ ਸਕਦੇ ਉਹ ਇੱਕ ਬੰਦਾ ਇੱਕ ਸਵਾਲ ਕਰ ਸਕਦਾ ਉਹ ਜਿਹੜਾ ਪੰਜਾਬ ਬੰਦਾ ਪੰਜਾਬ 'ਚ ਵੀ ਕੋਈ ਨਾ ਬੈਠਾ ਹੈ ਕਿ ਜਿਹੜਾ ਉਹ ਸਪਲੀਮੈਂਟਰੀ ਬਣਾ ਕੇ ਯਾਰ ਮੈਂ ਤਾਂ ਗੁਰੂ ਸਾਹਿਬ ਉੱਥੇ ਥਿਆ ਗਿਆ ਤੂੰ ਮੈਂ ਕੋ ਤੂੰ ਮੁਜਰਮ ਬਣਾ ਕਹਿੰਦਾ ਹਰ ਗੱਲ ਦੇ ਇਹ ਕਿਉਂ ਨਹੀਂ ਥਿਆ ਉਹ ਨਹੀਂ ਥਿਆ ਬਈ ਗੱਲ ਸੁਣੋ ਮੈਂ ਤਾਂ ਗੁਰੂ ਸਾਹਿਬ ਪਿਆ ਕਿ ਉੱਥਾਂ ਚੀਫ ਜਸਟਿਸ ਕੋਲ ਸਵਾਲ ਕੀਤਾ ਗਿਆ ਕਿ ਜਨਾਬ ਮੈਂ ਕੇਸ ਕਿਉਂ ਨਹੀਂ ਖੁੱਲਦੇ ਉਹਨਾਂ ਨੇ ਉਹਦਾ ਜਵਾਬ ਉਹ ਬੰਦੇ ਕੋ ਆਖਿਆ ਕਿ ਬਈ ਉਹ ਪੁਰਾਣਾ ਕੇਸ ਹੈ ਉਸਕੇ ਬਾਰੇ ਮੈਂ ਅਭੀ ਮੈਂ ਅਭੀ ਬਾਅਦ ਮੈਂ ਦੇਖੇ ਚਲੋ ਇੱਕ ਲਿਹਾਜ਼ਾ ਉਹ ਮੈਂ ਤਾਂ ਦੱਸਣਾ ਪਿਆ ਕਿ ਅੰਦਰ ਕਿਆ ਥਿਆ ਲਿਹਾਜ਼ਾ ਅਸਾਂ ਬਤੌਰ ਮੈਂ ਇਨਸਾਨ ਇਸਾਕ ਖਾਨ ਮੈਂ ਆਦਾਂ ਕਿ ਉੱਥੇ ਕੇਸ ਖੁੱਲ੍ਹਣੇ ਚਾਹੀਦੇ ਹਨ ਅਗਰ ਕਿਸੇ ਨਾਲ ਜ਼ਿਆਦਤੀ ਥੀਂਦੀ ਪਈ ਹੈ ਤਾਂ ਇਹ ਨਹੀਂ ਮਹਿਸੂਸ ਹੋਣਾ ਚਾਹੀਦਾ ਕਿ ਇੱਕ ਪਾਰਟੀ ਇੱਕ ਆਦਮੀ ਦੇ ਖਿਲਾਫ਼ ਤੁਹਾਨੂੰ ਲੱਗਦਾ ਕਿ ਆਪਾਂ ਬਾਬਾ ਰਵਾਨ ਸਾਹਿਬ ਦਾ ਸਿਨਾਰੀਓ ਜ਼ਰਾ ਇਮੇਜਿਨ ਕਰਕੇ ਦੱਸੋ ਬਾਬਾ ਰਵਾਨ ਸਾਹਿਬ ਕੋਰਟ ਰੂਮ ਮੈਂ ਬਾਬਾ ਰਵਾਨ ਸਾਹਿਬ ਦੀ ਜਗ੍ਹਾ ਹੋਵਾਂ ਜਿਹੜਾ ਮੇਰੇ ਕੋਲ ਜ਼ਿਆਦਾ ਜ਼ਹੀਨ ਆਦਮੀ ਹੈ ਨਹੀਂ ਇੰਟੈਲੀਜੈਂਟ ਆਦਮੀ ਮੈਂ ਤੁਹਾਨੂੰ ਅਗਰੀ ਕਰਾਂ ਹੀ ਇਜ਼ ਇੰਟੈਲੀਜੈਂਟ ਅੱਛਾ ਅੱਛਾ ਇੰਟੈਲੀਜੈਂਟ ਦੇ ਦੋ ਕਿਸਮਾਂ ਹੁੰਦੇ ਇੱਕ ਹੁੰਦੇ ਨੇ ਬੜੇ ਨੈਗੇਟਿਵ ਔਰ ਬੜੇ ਮਤਲਬ ਮੇਨਡਰਿੰਗ ਟਾਈਪ ਪੀਪਲ ਇੱਕ ਹੁੰਦੇ ਨੇ ਕਿ ਉਹ ਆਪਣੀ ਇੰਟੈਲੀਜੈਂਸ ਨੂੰ ਇਨਸਾਫ਼ ਦੀ ਬੁਨਿਆਦ 'ਤੇ ਆਪਣੇ ਮੁਲਕ ਵਾਸਤੇ ਅਕਲ ਫਹਿਮ ਇਸਤੇਮਾਲ ਕਰਦੇ ਹਨ ਲਿਹਾਜ਼ਾ ਉਹਨਾਂ ਦਾ ਮੇਰੇ ਖਿਆਲ ਥੋੜ੍ਹੀ ਜਿਹੀ ਦੂਜੇ ਪਾਸੇ ਰੁੱਖ ਹੈ ਚਲੋ ਅਸੀਂ ਬ੍ਰੇਕ ਗਿਣ ਕੇ ਆਉਂਦੇ ਹਾਂ ਇਹਨਾਂ ਦਾ ਖਿਆਲ ਇੰਟੈਲੀਜੈਂਸ ਦਾ ਜਰਾ ਡਾਕਟਰ ਬਾਬਾ ਰਵਾਨ ਸਾਹਿਬ ਦਾ ਇਹੋ ਹੈ ਕਿਉਂਕਿ ਇਸਾਕ ਖਕਵਾਨੀ ਸਾਹਿਬ ਦਾ ਜਰਾ ਇੱਕ ਲੈਵਲ ਆਫ ਜਸਟਿਸ ਜਾਂ ਇੰਟੈਲੀਜੈਂਸ ਉਹਨਾਂ ਦੇ ਹਿਸਾਬ ਨਾਲ ਉਹ ਸ਼ਾਇਦ ਉਹਦੇ ਤੋਂ ਪੂਰੇ ਨਹੀਂ ਉਤਰਦੇ ਪਏ ਕਿਉਂਕਿ ਉਹ ਸ਼ਾਇਦ ਇਨਸਾਫ਼ ਦੀ ਗੱਲ ਨਹੀਂ ਕਰਨ ਦੇ ਅਕੋਰਡਿੰਗ ਟੂ ਹਾਂ ਖਕਵਾਨੀ ਸਾਹਿਬ ਦੇ ਪੁਆਇੰਟ ਆਫ ਵਿਊ ਜਿਹੜਾ ਮੈਂ ਨਹੀਂ ਐਗਰੀ ਕਰਨਾ ਇਹਦੇ ਨਾਲ ਇੱਕ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਅਸੀਂ ਤਾਂ ਤੁਹਾਡੇ ਲਾਈਵ ਕਾਲ ਦਾ ਸਿਲਸਿਲਾ ਸ਼ੁਰੂ ਕਰੇ ਨੇ ਕੋਈ ਅਗਰ ਕੋਈ ਈਮੇਲ ਅਗਰ ਕੋਈ ਕੋਈ ਇੱਕਾ ਦੁੱਕਾ ਕੋਈ ਚੁੱਕਾ ਕੋਈ ਅਗਰ ਕੋਈ ਸਾਰਾ ਪ੍ਰੋਗਰਾਮ ਦੇਦਾ ਬੈਠੇ ਅਤੇ ਅਗਰ ਇੰਟਰਸਟਿੰਗ ਹੈ ਕੋਈ ਕਾਲ ਕਰਨ ਵਿੱਚ ਆਪਣੇ ਵਿਊਜ਼ ਦੇਣ ਵਿੱਚ ਨੰਬਰ ਸਕਰੀਨ ਦੇ ਉੱਤੇ ਆਵੇ ਸਨ ਅਤੇ ਕਾਲ ਕਰੋ ਅਤੇ ਤੁਹਾਨੂੰ ਅਸੀਂ 2-4 ਮਿੰਟ ਗੁਫ਼ਤਗੂ ਕਰਨਾ ਪਸੰਦ ਕਰਿਆ ਸੋ ਸਹੀ ਮਿਹਰਬਾਨੀ ਸਹੀ ਇੱਕ ਬ੍ਰੇਕ ਤੋਂ ਬਾਅਦ